ਡੋਗਰਾਵਾਲ ਨੂੰ ਨਸ਼ਾ ਮੁਕਤ ਪਿੰਡ ਬਣਾਉਣ ਲਈ ਪੁਲਿਸ ਵੱਲੋਂ ਪੰਚਾਇਤ ਅਤੇ ਮੋਹਤਬਰਾਂ ਨਾਲ ਮੀਟਿੰਗ। ਜ਼ਿਲ੍ਹਾ ਕਪੂਰਥਲਾ ਪੁਲਿਸ ਵੱਲੋਂ ਪਿੰਡ ਪਿੰਡ ਨਸ਼ੇ ਖਤਮ ਕਰਨ ਲਈ ਯੋਜਨਾ ਤਹਿਤ ਅੱਜ ਥਾਣਾ ਸੁਭਾਨਪੁਰ ਦੇ ਪਿੰਡ ਡੋਗਰਾਵਾਲ ਵਿੱਚ DSPD ਗੁਰਮੀਤ ਸਿੰਘ ਅਤੇ ਪੁਲਥ ਦੇ DSP ਸੁਰਿੰਦਰਪਾਲ ਧੋਪੜੀ ਜੀ ਅਗਵਾਈ ਹੇਠ ਇੱਕ ਜ਼ਰੂਰੀ ਮੀਟਿੰਗ ਪਿੰਡ ਦੇ ਸਰਕਾਰੀ ਸਕੂਲ ਵਿੱਚ ਪਿੰਡ ਦੀ ਪੰਚਾਇਤ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ DSP ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕਿ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ SSP ਕਪੂਰਥਲਾ ਵੱਲੋਂ ਪਿੰਡ ਦੀ ਪੰਚਾਇਤ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਅੱਜ ਫਿਰ ਦੁਬਾਰਾ ਮੀਟਿੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਪਿੰਡ ਨਸ਼ਾ ਦੇ ਕਾਰਨ ਬਦਨਾਮ ਸੀ। ਹੁਣ ਪੁਲਿਸ ਅਧਿਕਾਰੀਆਂ ਅਤੇ ਪਿੰਡ ਦੀ ਪੰਚਾਇਤ ਨੇ ਪ੍ਰਣ ਕੀਤਾ ਹੈ ਕਿ ਇਹ ਪਿੰਡ ਨਸ਼ਾ ਮੁਕਤ ਕੀਤਾ ਜਾਵੇਗਾ। ਇਸ ਮੌਕੇ ਵੀਰ ਸਿੰਘ ਸਰਪੰਚ ਨੇ ਕਿਹਾ ਕਿ ਇਸ ਪਿੰਡ ਵਿੱਚ ਨਸ਼ਾ ਬਹੁਤ ਵਿਕਦਾ ਸੀ, ਹੁਣ ਪੁਲਿਸ ਅਧਿਕਾਰੀਆਂ ਨਾਲ ਰਲ ਕੇ ਪਿੰਡ ਵਿੱਚ ਨਸ਼ਾ ਵਿਕਣਾ ਬੰਦ ਕਰਾਵਾਂਗੇ। ਪੁਲਿਸ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਸੀਂ ਪਿੰਡ ਵਿੱਚ ਅਨਾਊਂਸਮੈਂਟ ਵੀ ਕੀਤੀ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਹਦੀ ਸੂਚਨਾ ਤੁਰੰਤ ਥਾਣੇ ਦਿੱਤੀ ਜਾਵੇ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਥਾਣਾ ਸੁਭਾਨਪੁਰ ਦੇ ਮੁਖੀ ਕਵਰਜੀਤ ਸਿੰਘ ਬਲ ਨੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਖਤਮ ਵਿੱਚ ਸਾਨੂੰ ਸਹਿਯੋਗ ਕਰਨ। ਇਸ ਮੌਕੇ ਇੰਸਪੈਕਟਰ ਜਰਨੈਲ ਸਿੰਘ, ਵੀਰ ਸਿੰਘ ਸਰਪੰਚ, ਸਰਦੂਲ ਸਿੰਘ ਸਾਬਕਾ ਸਰਪੰਚ, ਸਵਰਨ ਸਿੰਘ ਪ੍ਰਧਾਨ, ਜਥੇਦਾਰ ਸਾਧੂ ਸਿੰਘ ਸਾਬਕਾ ਸਰਪੰਚ, ਰਾਜੂ ਅਤੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ। ਗੋਬਿੰਦ ਸੁਖੀਜਾ ਤੇ ਸੁਖਵਿੰਦਰ ਸੋਹੀ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ, ਅੱਜ ਪਿੰਡ ਡੋਗਰਾਵਾਲ ਹੈ ਜੀ, ਕਾਹਦੇ ਸੰਬੰਧ ਮੀਟਿੰਗ ਕੀਤੀ ਗਈ ਜੀ? ਅੱਜ ਅਸੀਂ ਡੋਗਰਾਵਾਲ ਦੇ ਵਿੱਚ DSP ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ, SHO ਸੁਭਾਨਪੁਰ ਦੀ ਹਾਜ਼ਰੀ 'ਚ ਔਰ ਪੰਚਾਇਤ ਦੀ ਜਿਹੜੀ ਹੈ ਮੌਜੂਦਾ ਹਾਜ਼ਰੀ ਹੈ ਗੌਰਮੈਂਟ ਕਾਲਜ ਦੇ ਵਿੱਚ, ਗੌਰਮੈਂਟ ਸਕੂਲ ਦੇ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ। ਇਸ ਤੋਂ ਪਹਿਲਾਂ ਮਾਨਯੋਗ SSP ਸਾਹਿਬ ਸ਼੍ਰੀਮਤੀ ਵਸਤਲਾ ਗੁਪਤਾ ਜੀ, IPS SSP ਕਪੂਰਥਲਾ ਜੀ ਨੇ ਵੀ ਪਿਛਲੇ ਹਫ਼ਤੇ ਦੇ ਵਿੱਚ ਇੱਥੇ ਇਸੇ ਪਿੰਡ ਦੇ ਵਿੱਚ ਹੀ ਡਰੱਗ ਦੀ ਸੀਰੀਅਸਨੈਸ ਨੂੰ ਲੈਂਦਿਆਂ ਹੋਇਆਂ ਪੰਜਾਬ ਸਰਕਾਰ ਦੀ ਸੋਚ ਜਿਹੜੀ ਹੈ ਡਰੱਗ ਮੁਕਤ ਰਿਲੀਜ਼ ਕਰਨ ਦੇ ਲਈ ਇੱਥੇ ਇਕੱਠੇ ਹੋਏ ਸੀ। ਉਹਨਾਂ ਨੇ ਵੀ ਪੰਚਾਇਤ ਦੇ ਨਾਲ ਸਨਮੁੱਖ ਹੋ ਕੇ ਵਿਚਾਰ ਵਟਾਂਦਰਾ ਕੀਤਾ ਸੀਗਾ। ਉਸ ਚੀਜ਼ ਦੇ ਰਿਵਿਊ ਵਾਸਤੇ ਅੱਜ ਅਸੀਂ ਫਿਰ ਦੁਬਾਰਾ ਇਕੱਠੇ ਹੋਏ ਹਾਂ ਔਰ ਪੰਚਾਇਤ ਦੇ ਨਾਲ ਦੁਬਾਰਾ ਫਿਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜੋ ਰਿਜ਼ਲਟ ਹੁਣ ਤੱਕ ਹੈਗੇ ਨੇ ਕਿ ਜਿਹੜਾ ਪਹਿਲਾਂ ਇਹ ਪਿੰਡ ਬੜੇ ਲੰਬੇ ਸਮੇਂ ਤੋਂ ਬੜਾ ਹੀ ਬਦਨਾਮ ਪਿੰਡ ਸੀ, ਡਰੱਗ ਦੇ ਨਾਲ ਬਹੁਤ ਹੀ ਜ਼ਿਆਦਾ ਬਦਨਾਮ ਪਿੰਡ ਮੰਨਿਆ ਜਾਂਦਾ ਸੀਗਾ। ਉਸ ਪਿੰਡ ਦੇ ਵਿੱਚ ਹੁਣ ਪੰਚਾਇਤ ਨੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਸਮ ਖਾਧੀ ਹੈ ਅਤੇ ਪੁਲਿਸ ਨੇ ਵੀ ਅਫਸਰਾਂ ਨੇ ਸਾਰਿਆਂ ਨੇ ਕਸਮ ਖਾਧੀ ਹੈ ਕਿ ਅਸੀਂ ਡੋਗਰਾਵਾਲ ਜਿਹੜਾ ਪਿੰਡ ਹੈਗਾ ਇਹਨੂੰ ਅਸੀਂ ਨਸ਼ਾ ਮੁਕਤ ਪਿੰਡ ਜਿਹੜਾ ਇਹਨੂੰ ਅਸੀਂ ਘੋਸ਼ਿਤ ਕਰਨਾ ਹੈ ਔਰ ਇਸ ਪਿੰਡ ਦੇ ਵਿੱਚ ਅਸੀਂ ਬਿਲਕੁਲ ਕਿਸੇ ਕਿਸਮ ਦੀ ਵੀ ਕੋਈ ਡਰੱਗ ਨਾਂ ਦੀ ਕੋਈ ਚੀਜ਼ ਜਿਹੜੀ ਇੱਥੇ ਵਿਕਣ ਨਹੀਂ ਦੇਣੀ ਔਰ ਜਿਹੜੇ ਲੋਕ ਵੇਚਦੇ ਨੇ ਪੰਚਾਇਤ ਨੇ ਆਪਣੇ ਲੈਵਲ ਦੇ ਉੱਤੇ ਇੱਕ ਵਾਰ ਅਨਾਊਂਸਮੈਂਟ ਕਰਵਾ ਦਿੱਤੀ ਹੈ, ਉਹਨਾਂ ਨੂੰ ਅਗਾਹ ਕਰ ਦਿੱਤਾ ਹੈ ਕਿ ਜੇ ਛੋਟੀ ਤੋਂ ਛੋਟੀ ਜਿਹੜੀ ਮਕਦਾਰ ਦੇ ਵਿੱਚ ਵੀ ਕੋਈ ਚੀਜ਼ ਜਿਹੜੀ ਤੁਹਾਡੀ ਸਾਹਮਣੇ ਆ ਗਈ ਡਰੱਗ ਦੀ ਔਰ ਉਹਦੇ 'ਤੇ ਤੁਰੰਤ ਜਿਹੜੀ ਹੈਗੀ ਆ ਪੁਲਿਸ ਨੇ ਕਾਰਵਾਈ ਕਰਨੀ ਆ। ਇਹ ਮਿਸ਼ਨ ਜਿਹੜਾ ਹੈਗਾ ਪੁਲਿਸ ਔਰ ਪਬਲਿਕ, ਪੰਚਾਇਤ ਔਰ ਪੁਲਿਸ ਨੇ ਰਲ ਕੇ ਜਿਹੜਾ ਹੈਗਾ ਇਹ ਜਿਹੜਾ ਇਸ ਗੱਲ ਨੂੰ ਨੇਪਰੇ ਚਾੜਨ ਵਾਸਤੇ ਇਹ ਮੁੱਦੇ ਨੂੰ ਉਠਾਇਆ ਅਤੇ ਅਸੀਂ ਭਵਿੱਖ ਵਿੱਚ ਇਹ ਆਸ ਕਰਦੇ ਹਾਂ ਕਿ ਜਿਵੇਂ ਸਾਡੇ ਮਾਨਯੋਗ SSP ਸਾਹਿਬ ਡੇਲੀ ਵੇਜਸ ਉੱਤੇ ਸਾਡੇ ਕੋਲ ਇਹ ਨਸ਼ੇ ਦੇ ਉੱਤੇ ਜਿਹੜੀ ਅਪਡੇਟ ਲੈਂਦੇ ਨੇ, ਅੱਜ ਵੀ ਸਵੇਰੇ ਉਹਨਾਂ ਨੇ ਜਿਹੜੀ VC ਕੀਤੀ ਆ ਉਹਦੇ ਵਿੱਚ ਡੋਗਰਾਵਾਲ ਬਾਰੇ ਸਪੈਸ਼ਲ ਜ਼ਿਕਰ ਕੀਤਾ ਅਤੇ ਇਸੇ ਕਰਕੇ ਅਸੀਂ 2 GO ਇੱਥੇ ਪਹੁੰਚੇ ਹਾਂ ਔਰ ਪੰਚਾਇਤ ਨਾਲ ਦੁਬਾਰਾ ਇਹ ਰਿਵਿਊ ਮੀਟਿੰਗ ਕੀਤੀ ਹੈ। ਅਸੀਂ ਹੁਣ ਡੋਗਰਾਵਾਲ ਦੇ ਵਿੱਚ ਜਿਹੜਾ ਨਸ਼ਾ ਇਹਨੂੰ ਇਸੇ ਨਸ਼ਾ ਮੁਕਤ ਪਿੰਡ ਕਰਾਂਗੇ। ਅਸੀਂ ਵੀ ਇਸ ਗੱਲ ਦੀ ਕਸਮ ਖਾਂਦੇ ਹਾਂ ਕਿ ਬਿਲਕੁਲ ਨਸ਼ੇ ਵਾਲੇ ਬੰਦੇ ਨੂੰ ਸਪੇਅਰ ਨਹੀਂ ਕੀਤਾ ਜਾਣਾ ਔਰ ਪੁਲਿਸ ਅਤੇ ਪਬਲਿਕ ਦੇ ਆਪਣੇ ਜਿਹੜੇ ਸਹਿਯੋਗ ਦੇ ਨਾਲ ਇਹਨੂੰ ਅਸੀਂ ਜਿਹੜਾ ਹੈਗਾ
ਇੱਥੇ ਕਾਰਵਾਈ ਕਰਨੀ ਆ। ਔਰ ਜਿਹੜੇ ਲੋਕ ਇਸ ਪਹਿਲਾਂ ਨਸ਼ੇ ਤੋਂ ਜਿਨ੍ਹਾਂ ਨੇ ਪ੍ਰੋਪਰਟੀਆਂ ਬਣਾਈਆਂ ਉਹਦੀ ਅਸੀਂ ਵੀ ਜਿਹੜਾ ਹੈਗਾ ਥਾਣੇ ਦੇ ਰਿਕਾਰਡ ਦੀ ਖੰਗਾਲ ਕਰ ਰਹੇ ਹਾਂ। ਉਹਦੇ ਵਿੱਚ ਵੀ ਜਿਹਦੇ ਖਿਲਾਫ਼ ਪਹਿਲਾਂ ਪਰਚੇ ਦਰਜ ਨੇ ਉਹਨਾਂ ਨੇ ਆਪਣੀਆਂ ਚੱਲ ਜਾਂ ਅਚੱਲ ਜਾਇਦਾਦ ਨੂੰ ਜਿਹੜਾ ਡਿਵੈਲਪ ਕੀਤਾ ਆ ਉਹਦਾ ਆਨੰਦ ਮਾਣ ਰਹੇ ਆ। ਉਹਦੇ ਲਈ ਵੀ ਅਸੀਂ 68 ਐਕਟ ਦੀ ਜਿਹੜੀ ਕਾਰਵਾਈ ਹੈਗੀ ਆ ਉਹ ਸੀਜ਼ਰ ਕਾਰਵਾਈ ਜਿਹੜੀ ਆ ਉਹਨੂੰ ਅਸੀਂ ਅਮਲ ਦੇ ਵਿੱਚ ਲਿਆ ਕੇ ਗਵਰਨਮੈਂਟ ਆਫ ਇੰਡੀਆ ਤੋਂ ਅਪਰੂਵ ਕਰਾ ਕੇ ਇਹਨਾਂ ਦੀਆਂ ਪ੍ਰੋਪਰਟੀਆਂ ਨੂੰ ਜ਼ਬਤ ਕਰਨਾ। ਔਰ ਅਸੀਂ ਇਸ ਮਾਧਿਅਮ ਰਾਹੀਂ ਵੀ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਅਸੀਂ ਇਹਨਾਂ ਨੂੰ ਫਿਰ ਦੁਬਾਰਾ ਮੈਸੇਜ ਦਿੰਦੇ ਹਾਂ ਕਿ ਇਹ ਨਸ਼ੇ ਦੀ ਜਿਹੜੀ ਕਾਰੋਬਾਰ ਦੇ ਵਿੱਚ ਫਸੇ ਹੋਏ ਜਿਹੜੇ ਨੌਜਵਾਨ ਹੈਗੇ ਆ ਉਹ ਬਿਲਕੁਲ ਇਹਨੂੰ ਛੱਡ ਜਾਣ। ਅਸੀਂ ਬਿਲਕੁਲ ਸਪੇਅਰ ਨਹੀਂ ਕਰਨਾ ਔਰ ਡੋਗਰਾਬਾਦ ਨੂੰ ਛੱਡ ਕੇ ਅਸੀਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਇਹ ਸਾਡੀ ਜਿਹੜੀ ਹੈਗੀ ਆ ਵਿਲੀਜ਼ ਮੁਹਿੰਮ ਜਿਹੜੀ ਚੱਲ ਚੁੱਕੀ ਹੈ ਅਸੀਂ ਇਸ ਮੁਹਿੰਮ ਦੇ ਵਿੱਚ ਹੁਣ ਬਿਲਕੁਲ ਕਾਮਯਾਬ ਹੋਣਾ। ਪੁਲਿਸ ਨੇ ਸਰਕਾਰ ਦਾ ਜਿਹੜਾ ਮਨਸੂਬਾ ਹੈਗਾ ਇਹਨੂੰ ਅਸੀਂ ਕਾਮਯਾਬ ਕਰਨਾ ਆ। ਸਰਕਾਰ ਨੂੰ ਪੰਜਾਬ ਮੁਕਤ ਨਸ਼ਾ ਮੁਕਤ ਅਸੀਂ ਬਣਾਉਣਾ। ਇਹਦੇ ਵਿੱਚ ਸਾਡੀਆਂ CIE ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਨੇ। ਸਾਰੇ ਪੁਲਿਸ ਜਿਹੜੀ ਹੈਗੀ ਆ ਹੁਣ ਨਸ਼ੇ ਨੂੰ ਖਾਤਮੇ ਦੇ ਲਈ ਮਤਲਬ ਸਿਰ ਧਰਦੀ ਬਾਜ਼ੀ ਲਾ ਕੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਨੇ ਉਹ ਉਤਰ ਚੁੱਕੇ ਆ ਅਤੇ ਇਸ ਪਿੰਡ ਨੂੰ ਵੀ ਅਸੀਂ ਉਹ ਜਿਹੜਾ ਨਸ਼ਾ ਮੁਕਤ ਕਰਨ ਦੀ ਜਿਹੜੀ ਅਸੀਂ ਲਈ ਹੋਈ ਹੈ ਸ਼ਬਦ ਉਹਨੂੰ ਅਸੀਂ ਪੁਲਾ ਕੇ ਛੱਡਾਂਗੇ ਅਤੇ ਪੰਚਾਇਤ ਬਿਲਕੁਲ ਸਾਡੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਸਾਥ ਦਿੰਦੀ ਹੈ।